warm welcome. I'm your host Sarabjot Kaur. Apne lajawab architecture te urban design de layi puri desh te duniya ch jaane jande Chandigarh ch. Aaj assi leke aaye haan sadak suraksha naal judi awareness, information te discussion da sab to vadda manch. Sadak suraksha abhiyan 2024 samvedana da safar. ਅਤੇ ਇਸ ਮੁਹਿੰਮ ਦੇ ਨੌਲੇਜ ਪਾਰਟਨਰਸ ਨੇ ਸੇਵ ਲਾਈਫ ਫਾਊਂਡੇਸ਼ਨ। ਇਸ ਮੁਹਿੰਮ 'ਚ ਅਸੀਂ ਗੱਲ ਕਰਾਂਗੇ ਸਮਾਨ ਸੰਯਮ ਸਹਿਯੋਗ ਅਤੇ ਸੁਰੱਖਿਆ ਦੀ। ਟ੍ਰੈਫਿਕ ਰੂਲਸ ਦੀ ਪਾਲਣਾ ਅਤੇ ਸਮਾਨ ਕਿਵੇਂ ਕੀਤਾ ਜਾਏ, ਡਰਾਈਵਿੰਗ ਦੇ ਦੌਰਾਨ ਕਿੰਨਾ ਸਾਵਧਾਨੀਆਂ ਦਾ ਇਸਤੇਮਾਲ ਕੀਤਾ ਜਾਏ, ਇਹੋ ਜਿਹੇ ਕਈ ਪਹਿਲੂਆਂ ਅਤੇ ਜਵਾਬ ਜਾਣਨ ਦੇ ਲਈ ਅਤੇ ਗੱਲਬਾਤ ਕਰਨ ਲਈ ਅਸੀਂ ਅੱਗੇ ਵਧਾਂਗੇ ਆਪਣੇ ਫਸਟ ਪੈਨਲ ਡਿਸਕਸ਼ਨ ਦੇ ਲਈ ਤੇ ਜਿਸ ਦਾ ਨਾਮ ਹੈ ਆਰ ਰੋਡ ਆਰ ਰਿਸਪੋਂਸਿਬਿਲਿਟੀ। ਇਸ ਸੈਗਮੈਂਟ ਨੂੰ ਅਸੀਂ ਇੱਕ ਨਾਮ ਦੇਣ ਦੀ ਕੋਸ਼ਿਸ਼ ਕੀਤੀ, ਆਰ ਰੋਡ ਆਰ ਰਿਸਪੋਂਸਿਬਿਲਿਟੀ। ਤਾਂ ਸਿੱਧਾ ਜਿਹਾ ਮਤਲਬ ਇਹ ਹੈ ਕਿ ਜਦੋਂ ਅਸੀਂ ਰੋਡ ਦੇ ਉੱਪਰ ਨਿਕਲ ਰਹੇ ਹਾਂ, ਅਸੀਂ ਚਾਹੇ ਪੈਦਲ ਨਿਕਲੀਏ ਚਾਹੇ ਅਸੀਂ ਕਿਸੇ ਵਹੀਕਲ ਦੇ ਉੱਪਰ ਹੋਈਏ, ਤਾਂ ਸਾਡੀ ਜ਼ਿੰਮੇਵਾਰੀ ਇੱਕ ਹੈ। ਤਾਂ ਉਸ ਜ਼ਿੰਮੇਵਾਰੀ ਨੂੰ ਅਸੀਂ ਕਿੰਨਾ ਨਿਭਾ ਰਹੇ ਹਾਂ, ਔਰ ਜਿਹੜੇ ਨਹੀਂ ਨਿਭਾ ਰਹੇ ਉਹਨਾਂ ਦੀ ਵਜ੍ਹਾ ਦੇ ਨਾਲ ਕੀ ਦਿੱਕਤਾਂ ਆ ਰਹੀਆਂ ਨੇ। ਇਹ ਮੈਸੇਜ ਪਹੁੰਚਣ ਦੀ ਔਰ ਪਹੁੰਚਾਉਣ ਦੀ ਕੋਸ਼ਿਸ਼ ਵੀ ਇਸ ਕਰਕੇ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਹਰ ਸਾਲ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਇਸ ਵਜ੍ਹਾ ਦੇ ਨਾਲ ਚਲੀਆਂ ਜਾਂਦੀਆਂ ਨੇ ਕਿਉਂਕਿ ਕੁਝ ਲੋਕ ਆਪਣੀ ਰਿਸਪੋਂਸੀਬਿਲਿਟੀ ਨੂੰ ਨਹੀਂ ਸਮਝਦੇ। ਤਾਂ ਸਾਡਾ ਸੜਕ ਸੁਰੱਖਿਆ ਅਭਿਆਨ ਇਸੀ ਗੱਲ ਨੂੰ ਸਮਰਪਿਤ ਔਰ ਮੈਸੇਜ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਤੱਕ ਮੈਸੇਜ ਪਹੁੰਚੇ, ਜਿਹੜੇ ਸ਼ਾਇਦ ਸਮਝਦੇ ਨੇ ਜਾਂ ਜਿਹਨਾਂ ਨੂੰ ਲੱਗਦਾ ਕਿ ਨਹੀਂ ਕੋਈ ਗੱਲ ਨਹੀਂ, ਪਰ ਉਹ ਕਿਸੇ ਦੀ ਜਾਨ ਦੇ ਉੱਤੇ ਭਾਰੀ ਪੈ ਜਾਂਦਾ ਹੈ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਹਾਂ ਸਾਰੇ ਮਹਿਮਾਨਾਂ ਦਾ, ਬਹੁਤ ਬਹੁਤ ਸਵਾਗਤ ਹੈ ਹਰਮਨ ਜੀ ਤੁਹਾਡਾ, ਸੋਹੀ ਸਾਹਿਬ ਤੁਹਾਡਾ, ਡਾਕਟਰ ਸਾਹਿਬ ਤੁਹਾਡਾ। ਮੈਂ ਸ਼ੁਰੂਆਤ ਹਰਮਨ ਜੀ ਤੁਹਾਡੇ ਤੋਂ ਕਰਦਾ ਕਿਉਂਕਿ ਰੋਡ ਸੇਫਟੀ ਦਾ ਅਸੀਂ ਜ਼ਿਕਰ ਕਰ ਲਿਆ, ਮੇਰੇ ਸਹਿਯੋਗੀ ਵਿਜੇਪਾਲ ਬਰਾੜ ਸਾਡੇ ਨਾਲ ਨੇ। ਕਿੰਨੀ ਰਿਸਪੋਂਸੀਬਿਲਿਟੀ ਜਦੋਂ ਅਸੀਂ ਰੋਡ ਦੇ ਉੱਤੇ ਨਿਕਲਦੇ ਹਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਹੁੰਦੀ ਹੈ ਕਿ ਵਾਕਈ ਹੀ ਖੁਦ ਨੂੰ ਬਚਾਉਣਾ ਰਿਸਪੋਂਸੀਬਿਲਿਟੀ ਹੈ ਰੋਡ ਦੇ ਉੱਤੇ, ਜਾਂ ਦੂਜਿਆਂ ਬਾਰੇ ਸੋਚਣਾ ਵੀ ਇੱਕ ਰੋਡ ਦੇ ਉੱਤੇ, ਚਾਹੇ ਕੋਈ ਪੈਦਲ ਹੋਵੇ ਜਾਂ ਕੋਈ ਵਹੀਕਲ ਦੇ ਉੱਤੇ, ਉਸਦੀ ਰਿਸਪੋਂਸੀਬਿਲਿਟੀ ਹੁੰਦੀ ਹੈ। ਮੈਂ ਇਸ ਪੁਆਇੰਟ ਤੋਂ ਅੱਜ ਸ਼ੁਰੂਆਤ ਕਰਦਾ। ਨੰਬਰ ਇੱਕ 'ਤੇ ਤਾਂ ਇਹ ਹੁੰਦਾ ਕਿ ਬੰਦੇ ਨੂੰ ਹੁੰਦਾ ਵੀ ਇਹ ਜਿਹੜੀ ਪ੍ਰੋਬਲਮ ਹੈ ਸੜਕ ਹਾਦਸਾ ਜੇ ਮੇਰੇ ਨਾਲ ਹੋ ਹੀ ਨਹੀਂ ਸਕਦਾ, ਇਹ ਦੂਜੇ ਦੀ ਸਮੱਸਿਆ ਮੇਰੀ ਨਹੀਂ ਹੈਗੀ। ਸੋ ਇੱਕ ਜਨਰਲ ਪਰਸੈਪਸ਼ਨ ਹੈ। ਹਾਂ, ਇੰਟਰਸਟਿੰਗ ਹੈ। ਮਤਲਬ ਆਪਾਂ ਘਰ ਤੋਂ ਨਿਕਲਦੇ ਆਪਾਂ ਨੂੰ ਲੱਗਦਾ ਕਿ ਜੇ ਕੋਈ ਰੋਡ ਐਕਸੀਡੈਂਟ ਹੋ ਗਿਆ ਤਾਂ ਉਹ ਕਿਸੇ ਨਾਲ ਹੋ ਸਕਦਾ, ਮੇਰੇ ਨਾਲ ਹੋਣਾ। ਮੇਰੇ ਨਾਲ ਨਹੀਂ ਹੋਣਾ ਵੀ, ਮੈਂ ਤਾਂ ਪਿਛਲੇ 15-20 ਸਾਲਾਂ ਤੱਕ ਘੁੰਮ ਰਿਹਾ, ਅੱਜ ਤੱਕ ਤਾਂ ਹੋਇਆ ਨਹੀਂ। ਸੋ ਦੈਟਸ ਏ ਜਨਰਲ ਅੰਡਰਸਟੈਂਡਿੰਗ। ਅਤੇ ਦੂਜਾ ਇਹ ਹੈ ਕਿ ਵੀ ਆਪਾਂ ਨੂੰ ਨੇਚਰ ਨੇ ਜਿਵੇਂ ਬਣਾਇਆ ਨਾ, ਉਹ ਆਪਾਂ ਨੂੰ ਪੈਦਲ ਚੱਲਣ ਲਈ ਬਣਾਇਆ। ਸੋ ਤੁਸੀਂ ਪੈਡੈਸਟ੍ਰੀਅਨ ਦੀ ਗੱਲ ਕਰ ਰਹੇ ਹਾਂ ਜੀ, ਸਭ ਤੋਂ ਔਖਾ ਜਿਹੜਾ ਇਸ ਵੇਲੇ ਹੈਗਾ ਉਹ ਪੈਦਲ ਚੱਲਣ ਵਾਲਾ ਹੀ ਹੈ, ਜੇ ਆਪਾਂ ਅਰਬਨ ਐਨਵਾਇਰਮੈਂਟ ਦੀ ਗੱਲ ਕਰੀਏ। ਬਿਲਕੁਲ, ਕਿਉਂਕਿ ਬਹੁਤ ਜ਼ਬਰਦਸਤ ਠੰਡ ਦੇ ਵਿੱਚ ਆਪਾਂ ਇਹ ਪੂਰਾ ਸੈਗਮੈਂਟ ਵੀ ਕਰ ਰਹੇ ਹਾਂ, ਤਾਂ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਹੋਣੇ ਕਿ ਠੰਡ ਦੇ ਵਿੱਚ ਬਿਨਾਂ ਕਾਰ ਤੋਂ ਨਿਕਲਣਾ ਹੀ ਬਹੁਤ ਔਖਾ ਜੀ, ਜਾਈ ਕਿਵੇਂ ਜਾਈਏ? ਦੇਖੋ, ਇਹੀ ਹੈ ਕਿ ਵੀ ਆਪਾਂ ਨੂੰ ਠੰਡ ਤਾਂ ਸ਼ੁਰੂ ਤੋਂ ਹੀ ਆ, ਸ਼ੁਰੂ ਤੋਂ ਹੀ ਆ, ਇਨਫੈਕਟ ਥੋੜ੍ਹੀ ਜ਼ਿਆਦਾ ਹੀ ਹੋਣੀ ਆ, ਮੌਸਮ ਬਦਲਦਾ ਰਹਿਣਾ। ਸੋ ਵੀ ਜਸਟ ਹੈਵ ਟੂ ਬੀ ਕੰਪਲਾਇੰਟ ਟੂ ਨੇਚਰ। ਸੋ ਆਪਾਂ ਨੇਚਰ ਤੋਂ ਜਿੰਨਾ ਦੂਰ ਹੁੰਦੇ ਜਾ ਰਹੇ ਹਾਂ ਉਨਾ ਆਪਾਂ ਗੱਡੀਆਂ 'ਚ ਹੋਰ ਕੋਜ਼ੀ ਹੁੰਦੇ ਜਾ ਰਹੇ ਹਾਂ ਜੀ, ਅਤੇ ਜਦ ਉਹਦੇ ਅੰਦਰ ਬੈਠੇ ਹਾਂ ਜੇ ਕਿਤੇ ਆਪਣਾ ਇੰਸੀਡੈਂਟ ਕੋਈ ਹੋ ਜਾਂਦਾ ਤਾਂ ਫਿਰ ਉਹ ਜਿਹੜਾ ਉਹਦੀ ਦਰਦ ਹੈ ਤਕਲੀਫ ਹੈ ਉਹ ਜਿਹਦੇ ਨਾਲ ਵਾਪਰਦੀ ਹੈ ਉਹਨੂੰ ਪਤਾ ਹੁੰਦਾ ਵੀ ਕਿੰਨੀ ਜ਼ਿਆਦਾ, ਜਾਂ ਉਹਦੇ ਪਰਿਵਾਰ ਨੂੰ ਪਤਾ ਹੁੰਦੀ ਹੈ, ਰਾਈਟ? ਸੋ ਬਿਲਕੁਲ, ਇਟ ਸਟਾਰਟਸ ਵਿਦ ਅਸ। ਅਤੇ ਬਾਕੀ ਜਿਹੜੇ ਜ਼ਿੰਮੇਵਾਰੀ ਡਿਪਾਰਟਮੈਂਟਸ ਦੀ ਹੈਗੀ ਹੈ, ਯੈਸ, ਉਹਨਾਂ ਦੀ ਵੀ ਜ਼ਿੰਮੇਵਾਰੀ ਹੈਗੀ ਆ, ਬਟ ਇਹ ਜ਼ਿੰਮੇਵਾਰੀ ਆਪਣੇ ਆਪ ਤੋਂ ਸ਼ੁਰੂ ਹੁੰਦੀ ਹੈ। ਬਿਲਕੁਲ, ਸੋ ਦੈਟਸ ਵਾਟ ਵੀ ਹੈਵ ਟੂ ਅੰਡਰਸਟੈਂਡ। ਰੂਟ ਸੇਫਟੀ ਕੌਂਸਲ ਦਾ ਜੇ ਆਪਾਂ ਜ਼ਿਕਰ ਕਰੀਏ, ਕਈ ਵਾਰੀ ਸਾਡੀ ਸੋਚ ਉੱਥੇ ਜਾ ਕੇ ਖੜ ਜਾਂਦੀ ਹੈ ਕਿ ਕੌਂਸਲ ਬਣੀਆਂ ਨੇ ਜਾਂ ਐਡਮਿਨਿਸਟ੍ਰੇਸ਼ਨ ਹੈ, ਪੁਲਿਸ ਐਡਮਿਨਿਸਟ੍ਰੇਸ਼ਨ ਹੈ, ਟ੍ਰੈਫਿਕ ਪੁਲਿਸ ਹੈ, ਸਭ ਕੁਝ ਉਹਨਾਂ ਨੇ ਮੈਨੇਜ ਕਰਨਾ। ਗੱਲ ਆਪਾਂ
ਆਪਣੀ ਜ਼ਿੰਮੇਵਾਰੀ ਦੀ ਕਿਤੇ ਨਾ ਕਿਤੇ ਛੱਡ ਦਿੰਦੇ ਹਾਂ। ਮੈਂ ਉਸੇ ਗੱਲ ਨੂੰ ਜਿਹੜਾ ਗੌਰਵ ਨੇ ਸਵਾਲ ਪੁੱਛਿਆ ਸੀ ਅੱਗੇ ਵਧਾ ਦਿੰਦਾ ਕਿ ਕਿਤੇ ਨਾ ਕਿਤੇ ਅਸੀਂ ਡਿਪੈਂਡ, ਜਦੋਂ ਅਸੀਂ ਰੋਡ 'ਤੇ ਚੱਲਦੇ ਹਾਂ ਅਸੀਂ ਡਿਪੈਂਡੈਂਟ ਦੂਸਰੇ 'ਤੇ ਹੋ ਜਾਂਦੇ ਹਾਂ ਕਿ ਮੈਂ ਤਾਂ ਠੀਕ ਜਾ ਰਿਹਾ, ਇਹ ਬਚਾਊਗਾ, ਜਾਂ ਇਹਨੇ ਰੂਲ ਫੋਲੋ ਕਰਨੇ ਆ, ਮੇਰੀ ਸੋਚ ਉੱਥੋਂ ਤੱਕ ਨਹੀਂ ਜਾਂਦੀ। ਸੋ ਇਹ ਇਹਨਾਂ ਚੀਜ਼ਾਂ ਨੂੰ ਜਦੋਂ ਤੁਹਾਡੀਆਂ ਮੀਟਿੰਗਸ ਹੁੰਦੀਆਂ, ਜਦੋਂ ਤੁਸੀਂ ਰੂਲਸ ਫਰੇਮ ਕਰਦੇ ਹੋ, ਕਿ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਿਆ ਜਾਂਦਾ? ਤਾਂ ਮੈਂ ਖੁਦ ਵੀ ਬੈਲਜੀਅਮ, ਨੀਦਰਲੈਂਡਸ ਅਤੇ ਸਵੀਡਨ ਤੋਂ ਸਟੱਡੀਜ਼ ਕੀਤੀਆਂ ਨੇ। ਉੱਥੇ ਜਾ ਕੇ ਦੇਖਿਆ ਕਿ ਉਹਨਾਂ ਲੋਕਾਂ ਨੇ, ਉਹਨਾਂ ਕੰਟਰੀਜ਼ ਨੇ ਜਿਹੜੇ ਸੜਕੀ ਹਾਦਸੇ ਘਟਾਏ ਨੇ ਜਾਂ ਮੌਤਾਂ ਦੀ ਦਰ ਘਟਾਈ ਹੈ, ਅਤੇ ਕਿਸ ਤਰ੍ਹਾਂ ਘਟਾਈ ਹੈ, ਕਿ ਉਹਨਾਂ ਦਾ ਰੱਬ ਸਾਡੇ ਤੋਂ ਜ਼ਿਆਦਾ ਸਟਰੋਂਗ ਹੈ। ਅਤੇ ਜਦੋਂ ਸਟੱਡੀ ਕੀਤੀ, ਉਸ ਤੋਂ ਬਾਅਦ ਦੇਖਣ 'ਚ ਇਹੋ ਹੀ ਆਇਆ ਕਿ ਉੱਥੇ ਜਿਹੜੀ ਕਾਨੂੰਨ ਬਣੇ ਹੋਏ ਨੇ ਉਹਨਾਂ ਦੀ ਇਨਫੋਰਸਮੈਂਟ ਜਿਹੜੀ ਹੈ ਉਹ ਬਹੁਤ ਸਖਤੀ ਨਾਲ ਅਤੇ ਜ਼ੀਰੋ ਟੋਲਰੈਂਸ ਨਾਲ ਕੀਤੀ ਜਾਂਦੀ ਹੈ। ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਕਿ ਮੇਰੇ ਕੋਲ ਇੱਕ ਪ੍ਰੋਜੈਕਟ ਸੀਗਾ ਰੋਟਰਡਾਮ ਤੋਂ ਲੈ ਕੇ ਐਮਸਟਰਡੈਮ ਤੱਕ ਨੀਦਰਲੈਂਡਸ ਦੇ ਵਿੱਚ, ਅਤੇ ਉੱਥੇ ਜਿਹੜੀ ਸਪੀਡ ਲਿਮਿਟ ਸੀਗੀ ਡੈਟ ਵਾਸ 90 miles per hour। ਜੇ ਉਹ 10 miles per hour ਦਾ ਕੋਈ ਬੰਦਾ ਓਵਰ ਸਪੀਡਿੰਗ ਕਰਦਾ ਸੀਗਾ ਤਾਂ ਉਹਦੇ ਉੱਪਰ ਇੱਕ ਪਾਰਟੀਕੁਲਰ ਅਮਾਊਂਟ ਆਫ ਫਾਈਨ ਸੀਗਾ ਕਿ 200 euro ਲੱਗਣੇ ਸੀਗੇ। ਮਤਲਬ ਜੇ 90 or 100 ਹੋ ਗਈ ਅਤੇ 200 euro ਉਹਨੂੰ ਫਾਈਨ ਉਹਦੇ ਘਰ, ਜਦੋਂ ਤੁਸੀਂ ਗੱਡੀ ਚਲਾ ਹੀ ਰਹੇ ਹੋ ਤਾਂ ਤੁਸੀਂ ਅਜੇ ਕਿਲੋਮੀਟਰ ਅੱਗੇ ਗਏ ਹੋ ਅਤੇ ਤੁਹਾਨੂੰ ਕਲਿੱਕ ਵੱਜ ਜਾਣਾ ਕਿ ਤੁਹਾਡੇ ਮੋਬਾਈਲ 'ਚੋਂ ਪੈਸੇ ਕੱਟੇ ਗਏ, ਤੁਹਾਡੇ ਖਾਤੇ 'ਚੋਂ ਪੈਸੇ ਕੱਟੇ ਗਏ। ਤੁਸੀਂ ਆਈਡੀਆ ਦੇ ਰਹੇ ਹੋ, ਮੈਮ ਬੈਠੇ ਹੋਏ ਸਾਡੇ ਨਾਲ, ਬਿਲਕੁਲ ਆਈਡੀਆ ਦੇਣ ਵਾਸਤੇ ਹੀ ਆਇਆ। 60 ਤੋਂ ਉੱਪਰ ਗਈ ਤਾਂ 1000 rupees ਸਾਡੇ ਅਕਾਊਂਟ 'ਚ ਕੱਟੇ ਜਾਣਾ। ਮੈਂ ਤਾਂ ਆਈਡੀਆ ਦੇਣ ਵਾਸਤੇ ਹੀ ਆਇਆ ਜੀ, ਦਿਸ ਇਜ਼ ਮਾਈ ਵਰਕ। ਮੈਂ ਤੁਹਾਨੂੰ ਦੱਸਣਾ ਕੀ ਚਾਹੁੰਦਾ ਕਿ ਤੁਹਾਡੇ ਚੈਨਲ ਰਾਹੀਂ ਸੈਲਫ ਰਿਸਪੋਂਸੀਬਿਲਿਟੀ, ਯੈਸ, ਕਿਉਂਕਿ ਆ ਸਾਡੀ ਖੁਦ ਦੀ ਜ਼ਿੰਦਗੀ ਹੈ, ਠੀਕ ਹੈ। ਲੇਕਿਨ ਦੋ ਫੀਅਰ ਹੁੰਦੇ ਨੇ ਸੜਕੀ ਸੁਰੱਖਿਆ ਦੀ ਲੈਂਗੁਏਜ 'ਚ। ਇੱਕ ਫੀਅਰ ਹੁੰਦਾ ਹੈ FOBC, ਫੀਅਰ ਆਫ ਬੀਂਗ ਕੌਟ, ਫੜੇ ਜਾਣ ਦਾ ਡਰ, ਕਿ ਜੇ ਮੈਂ ਕਾਨੂੰਨ ਤੋੜਾਂਗਾ ਤਾਂ ਮੈਨੂੰ ਫੜੇ ਜਾਣ ਦਾ ਡਰ ਹੈ। ਨੰਬਰ 2 ਹੈ FOBP, ਫੀਅਰ ਆਫ ਬੀਂਗ ਪਨਿਸ਼ਡ, ਕਿ ਜੇ ਮੈਂ ਫੜਿਆ ਜਾਵਾਂ ਤਾਂ ਕੋਈ ਮੈਨੂੰ ਕਿਸੇ MLA ਦਾ, ਕਿਸੇ ਮੰਤਰੀ ਦਾ, ਕਿਸੇ ਸੰਤਰੀ ਦਾ ਫੋਨ ਨਹੀਂ ਆਊਗਾ ਅਤੇ ਮੈਨੂੰ ਸਜ਼ਾ ਹੋਊਗੀ। ਜੇ ਆ ਦੋ ਫੀਅਰ ਮੇਰੇ ਦਿਮਾਗ 'ਚ ਐਜ਼ ਏ ਰੋਡ ਯੂਜ਼ਰ ਵੜ ਜਾਣਗੇ ਜਾਂ ਘਰ ਘਰ ਜਾਣਗੇ ਤਾਂ ਮੈਂ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਾਂਗਾ ਅਤੇ ਮੈਂ ਕਾਨੂੰਨ ਨਹੀਂ ਤੋੜਾਂਗਾ ਅਤੇ ਮੈਂ ਆਪ ਵੀ ਸੇਫ ਰਹਾਂਗਾ ਅਤੇ ਜਿਹੜਾ ਮੇਰੇ ਨਾਲ ਰੋਡ ਯੂਜ਼ਰ ਰੋਡ ਸ਼ੇਅਰ ਕਰ ਰਿਹਾ ਉਹ ਵੀ ਸੇਫ ਰਹੇਗਾ। ਜਿਹੜਾ ਪੁਆਇੰਟ ਤੁਸੀਂ ਰੇਜ਼ ਕੀਤਾ ਡਾਕਟਰ ਸਾਹਿਬ ਬੈਠੇ ਨੇ, ਡਾਕਟਰ ਸਾਹਿਬ ਅਸੀਂ ਇਸ ਚੀਜ਼ 'ਤੇ ਡਿਪੈਂਡੈਂਟ ਕਿਉਂ ਹੈ ਕਿ ਸਾਡੇ 'ਤੇ ਸਖਤੀ ਹੋਊਗੀ, ਸਾਨੂੰ ਜੁਰਮਾਨਾ ਲੱਗੇਗਾ, ਸਾਨੂੰ ਪਨਿਸ਼ਮੈਂਟ ਮਿਲੇਗੀ, ਫਿਰ ਹੀ ਅਸੀਂ ਉਹ ਰੂਲ ਫੋਲੋ ਕਰਾਂਗੇ, ਆਪਣੇ ਆਪ ਕਿਉਂ ਨਹੀਂ? ਵੀ ਹੈਵ ਸੀਨ ਜੋ ਸਭ ਤੋਂ ਖਰਾਬ ਕੇਸਿਸ ਹੋਤੇ ਹੈ ਰੋਡ ਟ੍ਰੈਫਿਕ ਇੰਜਰੀਜ਼ ਕੇ, ਜੀ, ਹੈਡ ਇੰਜਰੀਜ਼, ਸਪਾਈਨਲ ਇੰਜਰੀਜ਼, ਅਬਾਊਟ ਔਨ ਐਨ ਐਵਰੇਜ ਜੋ ਹਮ ਦੇਖਤੇ ਥੇ ਵਾਸ ਅਬਾਊਟ 20 ਸਿਵੀਅਰ ਹੈਡ ਇੰਜਰੀਜ਼ ਪਰ ਡੇ, ਵਿਚ ਇਜ਼ ਅਬਾਊਟ 7,000 to 8,000 ਹੈਡ ਇੰਜਰੀਜ਼ ਪਰ ਈਅਰ ਓਨਲੀ ਕਮਿੰਗ ਟੂ PGI। ਨਾਓ ਜੋ ਕਾਮਨ ਹੈਡ ਇੰਜਰੀਜ਼ ਹਮ ਦੇਖਤੇ ਥੇ ਵਰ ਕਾਮਨਲੀ ਦ ਮੋਸਟ ਕਾਮਨ ਹੈਡ ਇੰਜਰੀਜ਼ ਵਰ ਐਂਡ ਦ ਸਪਾਈਨ ਇੰਜਰੀਜ਼ ਵਰ 2-wheeler ਐਕਸੀਡੈਂਟਸ। ਉਸਕੇ ਬਾਅਦ ਸੈਕਿੰਡ ਮੋਸਟ ਕਾਮਨ ਵਾਸ ਪੈਡੈਸਟ੍ਰੀਅਨ, ਜੋ ਲੋਕ ਰੋਡ ਸਾਈਡ ਚੱਲ ਰਹੇ ਹਨ। ਸੋ 2-wheeler ਐਕਸੀਡੈਂਟਸ ਮੈਂ ਮੋਸਟਲੀ ਦ ਮੋਸਟ ਕਾਮਨ ਕਾਜ਼ ਆਫ ਦ ਐਕਸੀਡੈਂਟ ਵਾਸ ਜਾਂ ਤਾਂ ਸਲਿਪ ਹੋ ਗਿਆ ਜਾਂ ਕਿਸੇ ਨੇ ਮਾਰ ਦਿਆ, ਐਂਡ ਮੋਸਟ ਕੇਸਿਸ ਮੈਂ ਦੇਰ ਵਾਸ ਨੋ ਹੈਲਮੇਟ। ਸੋ ਬਹੁਤ ਸਟੱਡੀਜ਼ ਇਹ ਹੋ ਚੁੱਕੀ ਹੈ ਕਿ ਹੈਲਮੇਟਸ ਰਿਡਿਊਸ ਦ ਚਾਂਸ ਆਫ ਡੈਥ ਬਾਏ 40% ਐਂਡ ਚਾਂਸਿਸ ਆਫ ਸਿਵੀਅਰ ਇੰਜਰੀ ਟੂ ਦ ਬ੍ਰੇਨ
by 70%. So it is, ये हमारी खुद की responsibility है जो टू व्हीलर्स पे हैं कि वो हेलमेट पहने। एक आंकड़ा है कि लगभग 50,000 मौतें रोड क्रैश में उन लोगों की हुई हैं जिन्होंने हेलमेट नहीं डाला था। सोही साहब ने जिक्र किया कि अराउंड 170,000 पीपल हैं जो रोड क्रैश में जिनकी डेथ हो गई, और करीब 16,000 लोग हैं जिन्होंने सीट बेल्ट नहीं डाली थी, वो उनकी डेथ हो गई। आप कह सकते हैं कि अराउंड 170,000 में से करीब करीब 70,000 ऐसे लोग हैं जो अपनी गलती से चले गए, नहीं चाहता कोई जाना। मैं ये समझना चाह रहा हूँ कि जो उनके रिलेटिव्स होते हैं या लोग होते हैं, वो कम से कम वो समझ पाते हैं इस चीज़ को? हाँ बिल्कुल, देखिए मोस्टली अनफॉर्चुनेटली जो पेरेंट्स आते हैं हमारे पास, दे कम क्राइंग डिसअपॉइंटेड कि बच्चे ने हेलमेट नहीं पहना था। हम बोलते रह गए लेकिन उसने हेलमेट नहीं पहना था। बड़ा हमारा एक 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 टाइम पे तो जोक हो गया था कि उसका सर तो टूट गया, हाथ नहीं टूटा, क्योंकि उसने हेलमेट यहाँ लटकाया हुआ था। तो ये लोग हेलमेट होने के बावजूद भी पहनेंगे नहीं। तो ये लोगों में हमारे को यही एजुकेट करना है कि देखिए आप चलाइए, जिसने टू व्हीलर चलाना है उसने चलाना ही है, बट आपने हेलमेट पहनना है, और वो भी ऐसा हेलमेट विच इज अकॉर्डिंग टू द इंटरनेशनल नॉर्म्स। सो सब मैं एक होट पॉइंट वाले पास बताऊँ, क्योंकि चाहे वो बैक सीट के ऊपर सीट बेल्ट लगानी हो, हेलमेट लगाना हो, पैदल चलने लगे बहुत ध्यान रखना हो, सारियाँ गल्ला है, पर ਕਿਹੜੇ ਪੁਆਇੰਟ ਦੇ ਉੱਤੇ ਤੁਹਾਨੂੰ ਲੱਗਦਾ ਹੈ ਕਿ ਆਪਾਂ ਲੈਕ ਕਰ ਰਹੇ ਹਾਂ? ਇਹ ਚ ਨਾ ਯੂਰਪ ਐਂਡ ਅਮੈਰੀਕਾ ਹਿੰਦੁਸਤਾਨ 'ਚ ਵੀ ਹੋ ਗਿਆ ਕਿ ਕੈਚ ਦਮ ਯੰਗ, ਕਿ ਜਿਹੜੇ ਬੱਚੇ ਛੋਟੇ ਛੋਟੇ ਆ ਨਾ ਉਹਨਾਂ ਨੂੰ ਉਦੋਂ ਹੀ ਫੜ ਲਓ ਜਦੋਂ ਨਰਸਰੀ ਕੇ ਜੀ 'ਚ ਬੱਚਿਆਂ ਨੂੰ ਅਸੀਂ ਮੋਰਲ ਸਾਇੰਸ ਪੜ੍ਹਾਉਂਦੇ ਹਾਂ, ਅਤੇ ਵਾਈ ਨੋਟ ਟੂ ਟੀਚ ਦੈਮ ਦੀ ਰੋਡ ਸੇਫਟੀ ਟ੍ਰੈਫਿਕ ਰੋਡ ਸੇਫਟੀ ਰੂਲਸ, ਉਦੋਂ ਨੂੰ ਉਦੋਂ ਹੀ ਰੋਡ ਸੇਫਟੀ ਰੂਲਸ ਵੀ ਪੜ੍ਹਾਉਣੇ ਸ਼ੁਰੂ ਕਰ ਦਈਏ। ਗੌਰਵ ਜੀ ਨੇ ਪੁੱਛਿਆ ਕਿ ਅਸੀਂ ਕਿੱਦਾਂ ਅਸੀਂ ਇਹਨੂੰ ਸਿਸਟਮ ਚੇਂਜ ਕਿੱਦਾਂ ਕਰ ਸਕਦੇ ਹਾਂ। ਦੇਖੋ ਇਹਦੇ 4 ਐਮ ਹੁੰਦੇ ਨੇ ਸਿਸਟਮ, ਟੋਟਲ ਸਿਸਟਮ 'ਚ ਨਾ। ਪਹਿਲਾ ਐਮ ਹੈਗਾ ਹੈ ਮੈਨ, ਜਿਹੜਾ ਕਿ ਡਰਾਈਵਰ ਹੈ। ਜਦੋਂ ਅਸੀਂ ਛੋਟੇ ਹੁੰਦੇ ਹਾਂ ਉਹਨੂੰ ਡਿਸਿਪਲਿਨ ਸਿਖਾਇਆ ਨਹੀਂ, ਜਦੋਂ ਉਸ ਕਾਬਲ ਹੋਇਆ ਕਿ ਉਹ ਗੱਡੀ ਚਲਾ ਸਕੇ ਉਹਨੂੰ ਲਾਇਸੈਂਸ ਉਸ ਤਰ੍ਹਾਂ ਹੀ ਮਿਲ ਗਿਆ, ਰਾਈਟ, ਪਰਮਾਨੈਂਟ ਲਾਇਸੈਂਸ ਵੀ ਉਸ ਤਰ੍ਹਾਂ ਮਿਲ ਗਿਆ। ਫਿਰ ਉਹ ਤਾਂ ਇੱਕ ਮੈਨੂੰ ਲੱਗਦਾ ਕਿ ਅਨਸਕਿੱਲਫੁਲ ਡਰਾਈਵਰ ਜਿਹੜਾ ਉਹ ਸੜਕ 'ਤੇ ਆ ਗਿਆ। ਦੂਸਰਾ ਐਮ ਹੈਗਾ ਮਸ਼ੀਨ ਜਿਹੜੀ ਕਿ ਅਸੀਂ ਚਲਾਉਂਦੇ ਹਾਂ, ਵਿਚ ਇਜ਼ ਦੀ ਵਹੀਕਲ ਜੀ। ਅੱਜ 40% ਤੋਂ ਵੀ ਜ਼ਿਆਦਾ ਸੜਕੀ ਹਾਦਸੇ, ਡਾਕਟਰ ਸਾਹਿਬ ਨੇ ਕਿਹਾ ਕਿ 4-wheeler ਨਾਲ ਜ਼ਿਆਦਾ ਹੁੰਦੇ ਨੇ, ਕਮਰਸ਼ੀਅਲ ਵਾਹਨਾਂ ਦੇ ਨਾਲ 40% ਤੋਂ ਵੀ ਸੜਕੀ ਹਾਦਸੇ ਵੱਧ ਹੁੰਦੇ ਨੇ। ਹੁਣ ਕਮਰਸ਼ੀਅਲ ਵਾਹਨਾਂ ਦੀ ਜਿਹੜੀ ਫਿਟਨੈਸ ਟੈਸਟਿੰਗ ਹੈ ਉਹ ਹਰ ਵਰੇ ਹੋਣੀ ਜ਼ਰੂਰੀ ਹੈ। ਤੀਸਰਾ ਐਮ ਹੈਗਾ ਸਾਡਾ ਮੀਡੀਅਮ, ਜਿਹੜੀ ਕਿ ਸੜਕਾਂ ਅਸੀਂ ਕਹਿੰਦੇ ਹਾਂ। ਹੁਣ ਜਦੋਂ ਸੜਕਾਂ 'ਚ ਇੰਡੀਅਨ ਰੋਡ ਕਾਂਗਰਸ ਹੈ ਜਿਹਨੇ ਦੀ ਸਪੈਸੀਫਿਕੇਸ਼ਨ ਦੇ ਮੁਤਾਬਿਕ ਸੜਕਾਂ ਬਣਦੀਆਂ ਨੇ ਜੀ, ਅਤੇ ਸਾਡੀ ਏਜੰਸੀਸ ਨੇ PWD ਹੋ ਗਿਆ, ਨੈਸ਼ਨਲ ਹਾਈਵੇ ਅਥੋਰਿਟੀ ਆਫ ਇੰਡੀਆ ਹੋ ਗਈ, ਮਿਊਨਸੀਪਲ ਕਾਰਪੋਰੇਸ਼ਨ ਹੋ ਗਈਆਂ, ਜਿਨ੍ਹਾਂ ਨੂੰ ਅਸੀਂ 4-giving ਰੋਡਸ ਕਹਿੰਦੇ ਹਾਂ, ਕਿ ਸੜਕਾਂ ਦੇ ਆਸੇ ਪਾਸੇ ਕੋਈ ਤੁਹਾਡਾ ਜਿੱਦਾਂ ਕੋਈ ਲੋਕਲ ਰੋਡਸ ਨੇ ਅਤੇ 7 meter ਦੇ ਆਸ ਪਾਸ ਕੋਈ ਕੰਕਰੀਟ ਸਟਰਕਚਰ ਨਾ ਹੋਵੇ। ਜੇ ਸਾਡੀਆਂ ਸਟੇਟ ਹਾਈਵੇਜ਼ ਨੇ ਤਾਂ 30 meter ਆਸੇ ਪਾਸੇ ਕੋਈ ਕੰਕਰੀਟ ਸਟਰਕਚਰ ਨਾ ਹੋਵੇ, ਨੈਸ਼ਨਲ ਹਾਈਵੇ 'ਤੇ 100 meter ਦੇ ਆਸੇ ਪਾਸੇ ਕੋਈ ਕੰਕਰੀਟ ਸਟਰਕਚਰ ਨਾ ਹੋਵੇ, ਕਿ ਖੁਦਾ ਨਾ ਖਾਸਤਾ ਜੇ ਕੋਈ ਡਰਾਈਵਰ ਗਲਤੀ ਕਰ ਬੈਠਦਾ ਅਤੇ ਉਹ ਕਿਸੇ ਕੰਕਰੀਟ ਸਟਰਕਚਰ 'ਚ ਨਾ ਵੱਜੇ ਅਤੇ ਉਹਦੀ ਜ਼ਿੰਦਗੀ ਖਤਰੇ 'ਚ ਨਾ ਪਵੇ, ਕਿ ਉਹਨਾਂ ਤੱਕ ਨੂੰ ਉਹ ਬੈਲੈਂਸ ਕਰ ਜਾਵੇ, ਅਤੇ ਉਹ ਸੜਕਾਂ ਦਾ ਰੋਲ ਆ ਜਾਂਦਾ ਹੈ ਕਿ ਸੜਕ ਵਧੀਆ ਹੋਵੇ, ਗੱਡੀ ਠੀਕ ਹੋਵੇ, ਬਿਲਕੁਲ ਫਿਟਨੈਸ ਉਹਦੀ ਸਹੀ ਹੋਵੇ, ਡਰਾਈਵਰ ਨੂੰ ਉਹਨੂੰ ਲਾਇਸੈਂਸ ਮਿਲੇ ਜਿਹੜਾ ਸਕਿੱਲਡ ਡਰਾਈਵਰ ਹੈਗਾ। ਫਿਰ ਚੌਥੀ ਸਾਡੀ ਆਉਂਦੀ ਮੈਡੀਕਲ ਕੇਅਰ, ਕਿ ਅੱਜ ਸਭ ਤੋਂ ਵਧੀਆ ਜਿਹੜੀ ਦੇਖੋ ਕਹਿੰਦੇ ਆ ਕਿ ਫਸਟ 10 minutes ਦੇ ਵਿੱਚ ਜੇ ਮੈਡੀਕਲ ਹੈਲਪ ਮਿਲ ਜਾਂਦੀ, ਦੈਟ ਇਜ਼ ਕੋਲਡ ਪਲੈਟੀਨਮ 10 minutes, ਤਾਂ ਬੰਦੇ ਦੀ ਜ਼ਿੰਦਗੀ ਕਾਫੀ ਹੱਦ ਤੱਕ ਬਚ ਸਕਦੀ ਹੈ।
ਫਿਰ ਅਸੀਂ ਗੋਲਡਨ ਆਵਰ ਕਹਿੰਦੇ ਹਾਂ ਕਿ ਚਲੋ ਯਾਰ 10 ਮਿੰਟ 'ਚ ਨਹੀਂ ਵੀ ਮਿਲੀ ਤਾਂ ਇੱਕ ਘੰਟੇ 'ਚ ਹੀ ਉਹਨੂੰ ਮਦਦ ਪਹੁੰਚਾ ਦਿਉ ਕਿ ਜਿੱਦਾਂ ਡਾਕਟਰ ਸਾਹਿਬ ਦੀ PGI ਲੈ ਜਾਓ ਜਾਂ ਕਿਸੇ ਲਾਗੇ ਸਾਡੇ ਹੋਸਪਿਟਲ 'ਚ ਲੈ ਜਾਓ ਕਿ ਬੱਚੇ ਬੰਦੇ ਦੀ ਜ਼ਿੰਦਗੀ ਬਚ ਜਾਵੇ। ਜਦੋਂ ਅਸੀਂ ਇਹ 4 M's ਨੂੰ ਸਿਸਟਮ ਦੇ ਵਿੱਚ ਫੋਲੋ ਕਰ ਲਾਂਗੇ ਤਾਂ ਸਾਡੇ ਸੜਕੀ ਹਾਦਸੇ ਜਿਹੜੇ ਆ ਗੌਰਵ ਜੀ ਘੱਟ ਜਾਣਗੇ ਅਤੇ ਜਿਹੜੀਆਂ ਕੀਮਤੀ ਜ਼ਿੰਦਗੀਆਂ ਨੇ ਉਹ ਬਚ ਸਕਣਗੀਆਂ। ਚਲੀਏ ਸਰ, ਸ਼ੁਕਰੀਆ ਬਹੁਤ ਬਹੁਤ ਹਮਾਰੇ ਸਾਥ ਜੁੜਨ ਕੇ ਲਈ। ਸੋਈ ਸਾਹਿਬ ਤੁਹਾਡਾ ਵੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਯਸ ਰਾਏ ਜੀ ਸਰ, ਬਹੁਤ ਬਹੁਤ ਸਵਾਗਤ ਹੈ। ਮੈਮ ਬਹੁਤ ਬਹੁਤ ਸਵਾਗਤ ਹੈ। ਧੰਨਵਾਦ, ਧੰਨਵਾਦ, ਥੈਂਕ ਯੂ ਜੀ। ਮੈਂ ਸ਼ੁਰੂਆਤ ਕਰਦਾ, ਮੇਰੇ ਸਹਿਯੋਗੀ ਵਿਜੇਪਾਲ ਬਰਾੜ ਵੀ ਸਾਡੇ ਨਾਲ ਨੇ। ਆਮ ਲੋਕ ਤੁਹਾਨੂੰ ਕਿੰਨੇ ਜਾਗਰੂਕ ਲੱਗਦੇ ਨੇ? ਮੈਂ ਟ੍ਰੈਫਿਕ ਰੂਲਸ ਦਾ ਜੇ ਜ਼ਿਕਰ ਕਰ ਰਿਹਾ, ਔਰ ਪੁਆਇੰਟ ਨੰਬਰ 2, ਉਸਨੂੰ ਜਾਗਰੂਕਤਾ ਟ੍ਰੈਫਿਕ ਰੂਲਸ ਦੀ ਕਹੀ ਜਾਵੇ ਜਾਂ ਜਾਗਰੂਕਤਾ ਟ੍ਰੈਫਿਕ ਰੂਲਸ ਦੀ ਸਖਤੀ ਵਾਲੀ ਕਹੀ ਜਾਵੇ? ਇਹਦੇ ਬਾਰੇ ਮੈਂ ਪਿਛਲੇ ਸੈਗਮੈਂਟ 'ਚ ਬੜੇ ਧਿਆਨ ਨਾਲ ਜਿਹੜੇ ਵਿਚਾਰ ਐਕਸਪ੍ਰੈਸ ਕੀਤੇ ਗਏ ਉਹਨਾਂ ਨੂੰ ਸੁਣ ਰਿਹਾ ਸੀ। ਕੰਪੈਰੀਜ਼ਨ ਕੀਤਾ ਜਾਂਦਾ ਆਪਣੇ ਦੇਸ਼ ਦਾ ਬਾਹਰਲੇ ਦੇਸ਼ਾਂ ਨਾਲ, ਜਿਹੜੀ ਇੱਕ ਆਪਣੇ ਦੇਸ਼ ਦੇ ਵਿੱਚ ਵੀ ਹੁਣ ਸ਼ੁਰੂ ਹੋ ਗਿਆ, ਸਾਰੇ ਪਾਸੇ ਸ਼ੁਰੂ ਹੋ ਰਿਹਾ, ਔਰ ਅਸੀਂ ਵੀ ਪੰਜਾਬ ਦੇ ਵਿੱਚ ਇਹ ਸਿਸਟਮ ਸ਼ੁਰੂ ਕਰਦੇ ਹਾਂ। ਸੋ ਇਹੀ ਸੇਫ ਸਿਸਟਮ ਅਪਰੋਚ ਨੂੰ ਲੈ ਕੇ ਅਸੀਂ 2022 ਤੋਂ ਸਾਡੇ ਜਿਹੜੇ ਮਾਣਯੋਗ ਮੁੱਖ ਮੰਤਰੀ ਨੇ ਉਹਨਾਂ ਦੀ ਇੱਕ ਮੰਸ਼ਾ ਹੈਗੀ ਆ ਕਿ ਜਿਹੜਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਰੋਡ ਐਕਸੀਡੈਂਟ ਦੇ 'ਚ ਹੁੰਦਾ, ਔਰ ਉਹਦਾ ਮੁੱਲਕਰਨ ਵੀ ਕੀਤਾ ਗਿਆ, ਕੋਈ 15,000 ਕਰੋੜ ਰੁਪਇਆ ਆਪਾਂ ਪੰਜਾਬ ਦੇ ਵਿੱਚ ਲੂਜ਼ ਕਰਦੇ ਹਾਂ ਐਕਸੀਡੈਂਟਲ ਡੈਥ ਲਈ, ਔਰ ਉਹਨਾਂ ਨੂੰ ਆਪਾਂ ਕਿਵੇਂ ਰਿਡਿਊਸ ਕਰੀਏ ਉਹਦੇ ਲਈ ਅਸੀਂ ਉਪਰਾਲੇ ਕਰਦੇ ਹਾਂ। ਆਪਾਂ ਇਨੀਸ਼ੀਏਟਿਵਸ 'ਤੇ ਜਾਵਾਂਗੇ। ਮੈਮ ਬੈਠੇ ਹੈ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਰੂ, ਤੁਹਾਡੇ ਕੋਲ ਟ੍ਰੈਫਿਕ ਦੀ ਵੀ ਜ਼ਿੰਮੇਵਾਰੀ ਹੈ। ਮੈਮ ਇਨ ਜਨਰਲ ਕਿਤੇ ਨਾ ਕਿਤੇ ਸਾਡੀ ਇਹ ਮਾਨਸਿਕਤਾ ਬਣ ਗਈ ਹੈ, ਸਾਡੀ ਇਹ ਪ੍ਰਵਿਰਤੀ ਬਣ ਗਈ ਹੈ ਕਿ ਅਸੀਂ ਦੂਸਰੀ ਐਨਫੋਰਸਮੈਂਟ ਏਜੰਸੀ ਵੱਲ ਦੇਖਦੇ ਹਾਂ ਕਿ ਪੁਲਿਸ ਹੈ ਤਾਂ ਬਸ ਇਹ ਪੁਲਿਸ ਦੀ ਜ਼ਿੰਮੇਵਾਰੀ ਹੈ, ਪੁਲਿਸ ਨੇ ਕਰਨਾ। ਜੇ ਸਾਰਾ ਟ੍ਰੈਫਿਕ ਹੈ, ਰੂਲਸ ਹੈ, ਉਹਨਾਂ ਨੂੰ ਪੁਲਿਸ ਹੀ ਫਰੇਮ ਕਰੇਗੀ, ਪੁਲਿਸ ਹੀ ਠੀਕ ਕਰੇਗੀ, ਜਦੋਂ ਕਿ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਜ਼ਰੂਰਤ ਸਭ ਤੋਂ ਵੱਧ ਰਹਿ ਜਾਂਦੀ ਹੈ, ਜਿਵੇਂ ਸਰ ਗੱਲ ਕਰ ਰਹੇ ਸੀ। ਚੰਡੀਗੜ੍ਹ ਜੀ ਦੀ ਗੱਲ ਕਰੀਏ ਅਸੀਂ ਤਾਂ ਚੰਡੀਗੜ੍ਹ ਪੁਲਿਸ ਤਾਂ ਰੋਡ ਸੇਫਟੀ, ਆਪਣੀ ਰੋਡਸ ਨੂੰ ਸੇਫ ਬਣਾਉਣ 'ਚ ਬਹੁਤ ਜ਼ਿਆਦਾ ਹਮੇਸ਼ਾ ਤੋਂ ਹੀ ਕੋਸ਼ਿਸ਼ ਕਰਦੀ ਆ ਰਹੀ ਹੈ। ਇਸ ਤੋਂ ਇਲਾਵਾ ਹੋਰ ਜਿਹੜੇ ਐਸਪੈਕਟਸ ਹੈ ਰੋਡ ਸੇਫਟੀ 'ਚ, ਜਿਵੇਂ ਐਜੂਕੇਸ਼ਨ ਅਤੇ ਅਵੇਅਰਨੈਸ, ਉਹਦੇ ਵੱਲ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ। ਇੰਜੀਨੀਅਰਿੰਗ ਚੇਂਜਿਸ ਜਿਹਦੇ 'ਤੇ ਅਸੀਂ ਬਹੁਤ ਜ਼ਿਆਦਾ ਫੋਕਸ ਦਿੰਦੇ ਹਾਂ। ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਲਾਸਟ ਈਅਰ ਇੱਕ ਚੰਡੀਗੜ੍ਹ ਸੈਂਟਰ ਫੋਰ ਐਕਸਲੈਂਸ ਇਨ ਰੋਡ ਸੇਫਟੀ ਦੀ ਸਥਾਪਨਾ ਕੀਤੀ ਗਈ ਹੈ, ਜੋ ਪੰਜਾਬ ਇੰਜੀਨੀਅਰਿੰਗ ਕਾਲਜ ਵਿੱਚ ਉਹਨਾਂ ਦੇ ਸਹਿਯੋਗ ਨਾਲ ਅਸੀਂ ਸਥਾਪਿਤ ਕੀਤਾ। ਉੱਥੇ ਅਸੀਂ ਰੋਡ ਸੇਫਟੀ ਐਕਸਪਰਟਸ ਨੂੰ ਹਾਇਰ ਕੀਤਾ, ਜਿਹੜੇ ਸਾਨੂੰ ਮੌਕੇ ਮੌਕੇ ਸਮੇਂ ਸਮੇਂ 'ਤੇ ਸਾਡੇ ਜਿੱਥੇ ਵੀ ਬਲੈਕ ਸਪੋਟਸ ਹੈ ਉਹਨਾਂ ਦੀ ਅਸੀਂ ਐਨਾਲਿਸਿਸ ਕਰਦੇ ਹਾਂ। ਰੋਡ ਸੇਫਟੀ ਐਕਸਪਰਟਸ ਅਤੇ ਹੋਰ ਤਰ੍ਹਾਂ ਦੇ ਐਕਸਪਰਟਸ, ਇੰਜੀਨੀਅਰਿੰਗ ਐਕਸਪਰਟਸ, ਆਰਕੀਟੈਕਚਰਲ ਡਿਪਾਰਟਮੈਂਟ ਤੋਂ ਇਨਪੁੱਟ ਸਾਨੂੰ ਆਉਂਦੀਆਂ, ਉਹਨਾਂ ਨੂੰ ਅਸੀਂ ਇੰਜੀਨੀਅਰਿੰਗ ਚੇਂਜਿਸ ਨਾਲ ਰੋਡਸ ਨੂੰ ਐਵੇਂ ਅਸੀਂ ਚੇਂਜ ਕਰਦੇ ਹਾਂ, ਕੁਛ ਉਹਦੇ 'ਚ ਕਮੀ ਪੇਸ਼ੀ ਹੋਏ ਉਹਨੂੰ ਦੂਰ ਕਰਦੇ ਹਾਂ ਤਾਂ ਕਿ ਉੱਥੇ ਐਕਸੀਡੈਂਟਸ ਘੱਟ ਹੋਣ। ਜੀ, ਐਜ਼ ਕੰਪੇਅਰ ਟੂ ਪੰਜਾਬ, ਚੰਡੀਗੜ੍ਹ ਦੇ ਵਿੱਚ ਸਖਤੀ ਬਹੁਤ ਹੈ, ਔਰ ਰੈਵਨਿਊ ਜੋ ਲਾਸਟ ਈਅਰ ਦਾ ਹੈ ਉਹ ਇਹ ਦੱਸਦਾ ਹੈ ਜਦੋਂ ਤੋਂ ਕੈਮਰੇ ਇੰਸਟਾਲ ਹੋਏ ਆ ਕਿ ਕਿੰਨੇ। ਉਹਦੇ ਬਾਰੇ ਮੇਰੇ 2-3 ਇਨਸਾਈਟਸ ਹੈ, ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਾਂਗੀ। ਮੈਂ ਹੈਵ ਸਰਵਡ ਇਨ ਪੰਜਾਬ ਆਲਸੋ, ਅਤੇ ਹੁਣ ਇਸ ਤੋਂ ਪਹਿਲੇ ਮੈਂ ਪੰਜਾਬ 'ਚ ਪੋਸਟਡ ਸੀ। ਅਤੇ ਚੰਡੀਗੜ੍ਹ 'ਚ ਸਭ ਤੋਂ ਪਹਿਲੀ ਗੱਲ ਤਾਂ ਟ੍ਰੈਫਿਕ ਪੁਲਿਸ ਸਾਡੀ 600 ਦੀ ਸਾਡੀ ਫੋਰਸ ਹੈ ਜਿਹੜੀ। ਚੰਡੀਗੜ੍ਹ ਇੱਕ ਡਿਸਟ੍ਰਿਕਟ ਦੇ ਰੂਪ ਵਿੱਚ ਹੀ ਅਸੀਂ ਲਵਾਂਗੇ ਜਿੱਥੇ ਤੈਨਾਤ ਹੈ। ਪੰਜਾਬ ਵਿੱਚ ਕਿਸੇ ਡਿਸਟ੍ਰਿਕਟ ਵਿੱਚ 600 ਤੋਂ ਉੱਪਰ ਫੋਰਸ ਟ੍ਰੈਫਿਕ ਪੁਲਿਸ ਦੀ ਨਹੀਂ ਹੁੰਦੀ, ਤਾਂ ਰਿਸੋਰਸਿਸ ਦੀ ਬਹੁਤ ਕਮੀ ਹੈ।
ਦੂਸਰਾ ਚੰਡੀਗੜ੍ਹ 'ਚ ਕਿਉਂਕਿ ਇੱਕ ਸਮਾਲ ਯੂਨਿਟ ਹੋਣ ਕਰਕੇ ਜਦੋਂ ਵੀ ਕੋਈ ਇਨਫਰਾਸਟ੍ਰਕਚਰ ਚੇਂਜਿਸ ਦੀ ਅਸੀਂ ਗੱਲ ਕਰਦੇ ਹਾਂ, ਕੋਈ ਵੀ ਡਿਪਾਰਟਮੈਂਟਸ ਦੀ ਇੰਟਰਵੈਂਸ਼ਨ ਦੀ ਗੱਲ ਕਰਦੇ ਹਾਂ, ਥੋੜ੍ਹਾ ਸੌਖਾ ਹੋ ਜਾਂਦਾ ਕਿਉਂਕਿ ਛੋਟਾ ਲਿਮਿਟਿਡ ਏਰੀਆ ਹੈ ਅਤੇ ਉੱਥੇ ਕੰਮ ਕਰਨਾ ਜ਼ਿਆਦਾ ਈਜ਼ੀ ਹੁੰਦਾ ਇਨਵੈਸਟਮੈਂਟ ਉਸ ਲੈਵਲ ਦੀ ਨਹੀਂ ਸੋਚਣੀ ਐਜ਼ ਕੰਪੇਅਰ ਟੂ ਅ ਬਿਗ ਸਟੇਟ ਲਾਈਕ ਪੰਜਾਬ। ਬਿਲਕੁਲ ਠੀਕ। ਹੁਣ ਕੋਈ ਐਵੇਂ ਦੋਸ਼ ਨਹੀਂ ਲਾ ਸਕਦਾ ਕਿ ਚੰਡੀਗੜ੍ਹ ਬਾਹਰ ਦੀਆਂ ਗੱਡੀਆਂ ਜ਼ਿਆਦਾ ਰੋਕੀ ਜਾਂਦੀਆਂ ਅਤੇ ਚੰਡੀਗੜ੍ਹ ਦੀ ਘੱਟ ਰੋਕਦੇ, ਕਿਉਂਕਿ ਉਹ ਸਾਰਾ ਕੰਪਿਊਟਰ ਕਰ ਰਿਹਾ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਬੇਸਡ ਹੈ ਤਾਂ ਜਿਹੜਾ ਵੀ ਵਾਇਲੇਸ਼ਨ ਕਰੇਗਾ ਹੀ ਵਿਲ ਬੀ ਪਨਿਸ਼ਡ, ਹੀ ਔਰ ਸ਼ੀ ਵਿਲ ਬੀ ਪਨਿਸ਼ਡ। ਬਟ ਉਹਦਾ ਜਿਹੜਾ ਫਲਸਰੂਪ ਜੋ ਰਿਜ਼ਲਟ ਦੇਖਣ ਨੂੰ ਮਿਲਿਆ 2021 'ਚ ਕੁੱਲ ਮੌਤਾਂ ਚੰਡੀਗੜ੍ਹ 'ਚ 97 ਡੈਥਸ ਹੋਈਆਂ ਸੀ, ਜੋ 2023 'ਚ ਦੋ ਸਾਲ ਬਾਅਦ 67 ਡੈਥਸ ਹੋਈਆਂ, ਤਾਂ ਇਹ ਜਿਹੜੀ 30 ਮੌਤਾਂ ਘਟੀਆਂ, ਮੈਨੂੰ ਲੱਗਦਾ ਜਦੋਂ ਅਸੀਂ ਮੋਨੀਟਰੀ ਬਰਡਨ ਦੀ ਗੱਲ ਕਰਦੇ ਹਾਂ, ਫਾਈਨੈਂਸ਼ੀਅਲ ਬਰਡਨ ਦੀ ਅਸੀਂ ਹੁਣੇ ਗੱਲ ਕੀਤੀ, ਤਾਂ 10 ਕਰੋੜ ਤੋਂ ਉੱਪਰ ਜੁਰਮਾਨਾ ਜ਼ਰੂਰ ਹੋਇਆ ਜੋ ਅਸੀਂ ਐਜ਼ ਅ ਸੋਸਾਇਟੀ ਕਲੈਕਟਿਵਲੀ ਅਸੀਂ ਪੇ ਕੀਤਾ ਸਰਕਾਰ ਨੂੰ। ਬਟ ਉਹ 10 ਕਰੋੜ ਦਾ ਜੇ ਫਲ 30 ਮੌਤਾਂ ਦਾ ਬਚਾਅ ਹੈ ਤਾਂ ਮੈਨੂੰ ਲੱਗਦਾ ਇਟ ਇਜ਼ ਅ ਵੈਰੀ ਸਮਾਲ ਪ੍ਰਾਈਸ ਟੂ ਪੇ। ਇਹਦੇ ਲਈ ਮੈਂ ਤੁਹਾਡੇ ਜਿਹੜਾ ਪੰਜਾਬ ਦੇ ਵਿੱਚ ਇੱਕ ਅਸੀਂ ਹੋਰ ਨਵਾਂ ਇਨੀਸ਼ੀਏਟਿਵ ਲਿਆ ਹੈਗਾ, ਉਹ ਅਸੀਂ ਮੈਪ ਮਾਈ ਇੰਡੀਆ ਨਾਲ ਇੱਕ ਕੋਲੈਬੋਰੇਸ਼ਨ ਕੀਤੀ ਆ। ਮੈਪ ਮਾਈ ਇੰਡੀਆ ਇੱਕ ਨੈਵੀਗੇਸ਼ਨ ਸਿਸਟਮ ਪ੍ਰੋਵਾਈਡ ਕਰਦਾ, ਔਰ ਜਿੰਨੇ ਵੀ ਸਾਡੇ ਬਲੈਕ ਸਪੌਟ ਨੇ ਅਸੀਂ ਮੈਪ ਮਾਈ ਇੰਡੀਆ ਦੇ ਉੱਤੇ ਪਲੋਟ ਕਰ ਦਿੱਤੇ ਹੈਗੇ ਨੇ। ਜਦੋਂ ਵੀ ਉਹ ਬੰਦਾ ਸਿਸਟਮ ਨੂੰ ਯੂਜ਼ ਕਰ ਰਿਹਾ, ਉਹਨੂੰ ਪਹਿਲਾਂ ਹੀ ਇੱਕ ਵਾਰਨਿੰਗ ਉਹਦੀ ਕਾਰ 'ਤੇ ਆਉਣ ਲੱਗ ਜਾਏਗੀ, ਉਹਦੇ ਨੈਵੀਗੇਸ਼ਨ 'ਤੇ ਆਉਣ ਲੱਗ ਜਾਏਗੀ ਕਿ ਤੁਸੀਂ ਐਕਸੀਡੈਂਟ ਪ੍ਰੋਨ ਏਰੀਆ ਦੇ ਵਿੱਚ ਜਾ ਰਹੇ ਹੋ, ਠੀਕ ਹੈ, ਕੇਅਰਫੁੱਲ ਹੋ ਜਾਓ, ਐਕਸੀਡੈਂਟ ਪ੍ਰੋਨ ਏਰੀਆ ਅੱਗੇ ਹੈਗਾ, ਤੁਸੀਂ ਕਿਹਾ 400 ਮੀਟਰ ਤੋਂ ਪਹਿਲਾਂ ਉਹਨੂੰ ਇੱਕ ਤਰ੍ਹਾਂ ਦੀ ਵਾਰਨਿੰਗ। ਇਹ ਲਿੰਕ ਰੋਡ ਤੇ ਵੀ ਹੋਏਗਾ ਸਰ? ਹਾਂਜੀ, ਇਹ ਲਿੰਕ ਰੋਡ ਦੇ ਉੱਪਰ ਵੀ ਹੋਏਗਾ, ਸਾਰੀਆਂ ਰੋਡਸ ਦੇ ਉੱਤੇ, ਚਾਹੇ ਉਹ ਸਟੇਟ ਹਾਈਵੇ ਹੈ, ਨੈਸ਼ਨਲ ਹੈ ਜਾਂ ਲਿੰਕ ਰੋਡ ਹੈ, ਜਿਹੜੀ ਇਹ ਨੈਵੀਗੇਸ਼ਨ ਸਿਸਟਮ ਆ ਉਹ ਸਾਰਿਆਂ ਦੇ ਉੱਤੇ ਆ। ਮੈਮ, ਇਹ ਚੰਡੀਗੜ੍ਹ ਦੇ ਵਿੱਚ ਆਪਾਂ ਨੇਚਰ ਦਾ ਜ਼ਿਕਰ ਕਰ ਰਹੇ ਹਾਂ ਕਿ ਉਸ ਤਰੀਕੇ ਨਾਲ ਪੂਰਾ ਪ੍ਰੋਜੈਕਟ ਕੀਤਾ ਗਿਆ, ਸ਼ਹਿਰ ਨੂੰ ਬਣਾਇਆ ਗਿਆ, ਤਾਂ ਇੱਥੇ ਵੀ ਇੱਕ ਪ੍ਰੋਬਲਮ ਹੈ। ਮੈਂ ਦੋਵੇਂ ਚੀਜ਼ਾਂ ਨਾਲ ਜੁੜਿਆ ਸਵਾਲ ਪੁੱਛੂੰਗਾ। ਇੱਕ ਤਾਂ ਪੈਡੈਸਟ੍ਰੀਅਨ ਨੂੰ ਲੈ ਕੇ ਤੁਹਾਡੇ ਕੋਲ ਕੀ ਸਟ੍ਰੈਟਜੀ ਹੁੰਦੀ ਹੈ? ਲਾਈਟਸ ਲੱਗ ਚੁੱਕੀਆਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਲੋਕ ਨਹੀਂ ਉਸ ਨੂੰ ਫੋਲੋ ਕਰਦੇ, ਸਾਈਕਲ ਟਰੈਕਸ ਬਣੇ ਹੋਏ, ਸਾਈਕਲ ਟਰੈਕਸ ਬਣੇ ਹੋਏ ਆ। ਦੂਜਾ, ਜਿਹੜੇ ਡਿਵਾਈਡਰਸ ਹੈ, ਬਹੁਤ ਸਾਰੀਆਂ ਥਾਵਾਂ 'ਤੇ ਡਿਵਾਈਡਰਸ ਅਤੇ ਗ੍ਰਿਲਸ ਹੈਗੀਆਂ, ਪਰ ਬਹੁਤ ਸਾਰੇ ਡਿਵਾਈਡਰਸ ਬਿਲਕੁਲ ਓਪਨ ਹੈ ਅਤੇ ਲੋਕ ਉੱਥੋਂ ਵੀ ਕ੍ਰੋਸ ਕਰਦੇ, ਹੁਣ ਉਹਨਾਂ ਦੀ ਵੀ ਗਲਤੀ ਆਪਾਂ ਕਹਿ ਸਕਦੇ ਹਾਂ, ਬਟ ਸਟਿਲ ਬਹੁਤ ਸਾਰੇ ਲੋਕਾਂ ਦੀ ਉਹਦੇ ਉੱਪਰ ਜਾਨ 'ਤੇ ਬਣਦੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਗ੍ਰਿਲਸ ਵਾਲੇ ਮੈਟਰ ਤੋਂ ਸ਼ੁਰੂ ਕਰਾਂਗੀ। ਸਾਡੇ ਡਿਸਟ੍ਰਿਕਟ ਰੋਡ ਸੇਫਟੀ ਕਾਊਂਸਲ ਅਤੇ ਸਟੇਟ ਰੋਡ ਸੇਫਟੀ ਕਾਊਂਸਲ, ਡਿਸਟ੍ਰਿਕਟ ਦੀ ਹਰ ਮਹੀਨੇ ਮੀਟਿੰਗ ਹੁੰਦੀ ਹੈ, ਰੋਡ ਸੇਫਟੀ ਕਾਊਂਸਲ ਦੀ ਬਾਈ ਐਨੂਅਲ ਮੀਟਿੰਗ 6 ਮਹੀਨਿਆਂ ਬਾਅਦ ਮੀਟਿੰਗ ਹੁੰਦੀ ਹੈ, ਤਾਂ ਉਹਦੇ ਅਸੀਂ ਬੜੇ ਕਰੈਕਟਿਵ ਮੈਜਰਸ ਚੰਡੀਗੜ੍ਹ 'ਚ ਆਲਰੇਡੀ ਲੈ ਲਏ ਨੇ। ਚੌਂਕ ਦੇ ਕੋਲ ਜਾ ਕੇ ਜਿੱਥੇ ਵੀ ਗ੍ਰਿਲਸ ਹੈ ਉਹਨਾਂ ਨੂੰ ਅਸੀਂ ਹਟਵਾਤਾ ਹੈ, ਜਾਂ ਫਿਰ ਉੱਥੇ ਆਪਾਂ ਜਿਹੜੀ ਪਲਾਂਟਸ ਹੈ ਉਹਨਾਂ ਨੂੰ ਉੱਥੋਂ ਹਟਵਾਤਾ। ਦੂਜੀ ਗੱਲ, ਪੈਡੈਸਟ੍ਰੀਅਨਸ ਜਦੋਂ ਵੀ ਰੋਡ ਕ੍ਰੋਸ ਕਰਨਗੇ ਤਾਂ ਉਹ ਇੰਟਰਸੈਕਸ਼ਨਸ ਤੋਂ ਹੀ ਕ੍ਰੋਸ ਕਰਨ, ਇਹਨੂੰ ਵੀ ਅਸੀਂ ਮੋਟੀਵੇਟ ਕਰਨ ਲਈ ਅਸੀਂ ਗ੍ਰਿਲਸ ਜਿਹੜੀ ਰੋਡਸ ਦੇ ਵਿੱਚ ਗ੍ਰਿਲ ਲਵਾਈ ਹੈ, ਬਟ ਜਿੱਥੇ ਵੀ ਟ੍ਰੈਫਿਕ ਲਾਈਟ ਹੈ, ਜਿੱਥੇ ਵੀ ਰਾਊਂਡ ਅਬਾਊਟ ਹੈ, ਉੱਥੇ ਅਸੀਂ ਉਹਨਾਂ ਨੂੰ ਪ੍ਰੋਪਰ ਇੱਕ ਰਾਈਟ ਆਫ ਵੇ ਦਿੱਤਾ ਪੈਡੈਸਟ੍ਰੀਅਨਸ ਨੂੰ। ਜੀ, ਜਦੋਂ ਵੀ ਰੈੱਡ ਲਾਈਟ ਹੁੰਦੀ ਹੈ ਤਾਂ ਉੱਥੇ ਤੁਸੀਂ ਦੇਖਿਆ ਹੋਣਾ ਸਾਰੀ ਜਗ੍ਹਾ ਲਾਈਟ ਸਿਗਨਲਸ ਪੈਡੈਸਟ੍ਰੀਅਨਸ ਲਈ ਅਲੱਗ ਲੱਗੇ ਹੋਏ ਨੇ। 3-4 ਜਗ੍ਹਾ ਐਕਸਪੈਰੀਮੈਂਟ ਕਰਕੇ ਆਪਾਂ ਬਟਨ ਸਿਸਟਮ ਵੀ ਸ਼ੁਰੂ ਕੀਤਾ, ਜਿੱਥੇ ਆਪਾਂ ਅਲਰਟ ਸਿਸਟਮ, ਪੈਡੈਸਟ੍ਰੀਅਨ ਆ ਕੇ ਉੱਥੇ ਰੋਜ਼ ਗਾਰਡਨ ਦੇ ਅੱਗੇ ਤੁਸੀਂ ਦੇਖਿਆ ਹੋਣਾ, ਉੱਥੇ ਪ੍ਰੈਸ ਕਰ ਸਕਦੇ ਹੋ, ਜਦੋਂ ਵੀ ਪੈਡੈਸਟ੍ਰੀਅਨ ਹੈ ਉਦੋਂ ਹੀ ਉਹ ਗ੍ਰੀਨ ਹੋਏਗੀ, ਅਦਰਵਾਈਜ਼ ਉਹ ਰੈੱਡ ਰਹੇਗੀ ਲਾਈਟ। ਦੂਸਰਾ, ਕਿਉਂਕਿ ਪੈਡੈਸਟ੍ਰੀਅਨ ਅਤੇ ਸਾਈਕਲਿਸਟ 'ਤੇ ਸਾਡਾ ਕਾਫੀ ਜ਼ੋਰ ਹੈ, ਤਾਂ ਸ਼ਹਿਰ 'ਚ ਕਾਫੀ ਜਗ੍ਹਾ ਸਾਈਕਲ ਟਰੈਕਸ ਬਣ ਚੁੱਕੇ ਨੇ। ਜਿੱਥੇ ਨਹੀਂ ਹੈ, ਤਕਰੀਬਨ 8 ਰੋਡਸ 'ਤੇ ਨਵੇਂ ਸਾਈਕਲ ਟਰੈਕਸ ਬਣਨ ਦਾ ਪ੍ਰਪੋਜ਼ਲ ਆਲਰੇਡੀ ਜਾ ਚੁੱਕਿਆ, ਅਤੇ ਉੱਥੇ ਵੀ ਕੰਮ ਜਲਦੀ ਸ਼ੁਰੂ ਹੋ ਜਾਏਗਾ। ਜਦੋਂ ਜੇ ਇਹ ਸਾਰੀ ਚੀਜ਼ਾਂ ਤੋਂ ਬਾਅਦ ਵੀ ਜੇ ਕੋਈ ਐਕਸੀਡੈਂਟ ਹੋ ਜਾਵੇ ਤਾਂ ਇਮੀਡੀਏਟਲੀ ਉਹਦੀ ਐਮਰਜੈਂਸੀ ਕੇਅਰ ਹੋਵੇ। ਚੰਡੀਗੜ੍ਹ 'ਚ ਜਿਹੜਾ ਸਾਡੀ ਐਮਰਜੈਂਸੀ ਹੈਲਪਲਾਈਨ 112 ਚੱਲ ਰਹੀ ਹੈ,
ਉਹਦੇ 'ਚ ਸਾਡਾ ਰਿਸਪੋਂਸ ਟਾਈਮ 4 ਮਿੰਟ ਤੋਂ ਵੀ ਘੱਟ ਹੈ, ਜਿੱਥੇ ਕੋਈ ਵੀ ਐਂਬੂਲੈਂਸ ਆ ਸਾਡੀ PCR 4 ਮਿੰਟ ਦੇ ਅੰਦਰ ਅੰਦਰ ਪਹੁੰਚ ਜਾਂਦੀ ਹੈ, ਜੋ ਕਿ ਪੂਰੇ ਦੇਸ਼ 'ਚੋਂ ਸਭ ਤੋਂ ਘੱਟ ਹੈ। ਤਾਂ ਐਮਰਜੈਂਸੀ ਕੇਅਰ 'ਚ ਜਿਵੇਂ ਕਿ ਗੁੱਡ ਸਮੈਰਟਨ ਦੀ ਗੱਲ ਹੋ ਰਹੀ ਸੀ, ਮੈਨੂੰ ਲੱਗ ਰਿਹਾ ਚੰਡੀਗੜ੍ਹ 'ਚ ਇੰਨਾ ਜ਼ਿਆਦਾ ਉਹ ਹਲੇ ਨਹੀਂ ਕੈਚਅਪ ਕਰ ਪਾ ਰਿਹਾ, ਕਿਉਂਕਿ PCR ਇਜ਼ ਵੈਰੀ ਨੀਅਰ ਬਾਏ ਅਤੇ ਉਹ ਇਮੀਡੀਏਟਲੀ ਪਹੁੰਚ ਜਾਂਦੇ ਹੈ, ਤਾਂ ਕਿਸੇ ਹੋਰ ਨੂੰ ਲਿਜਾਣ ਦੀ ਲੋੜ ਨਹੀਂ ਪੈਂਦੀ। ਅਸੀਂ ਵੀ 5,000 ਰੁਪਏ ਦਾ ਇਨਾਮ ਗੁੱਡ ਸਮੈਰਟਨਸ ਲਈ ਨੋਟੀਫਾਈ ਕੀਤਾ, ਬਟ ਪਿਛਲੇ 2-4 ਸਾਲ 'ਚ ਮੈਨੂੰ ਨਹੀਂ ਲੱਗਦਾ ਹਲੇ ਤੱਕ ਕਿਸੇ ਨੇ ਵੀ ਉਹ ਕਲੇਮ ਕੀਤਾ। ਸਰ, ਇਸ ਚੀਜ਼ ਨੂੰ ਪੰਜਾਬ 'ਚ ਸੇਮ ਗੱਲ ਜਿਹੜੀ ਮੈਡਮ ਨੇ ਕੀਤੀ ਹੈ, ਪਿਛਲੇ ਵਕਤਾ ਭਾਈ ਘਨੱਈਆ ਦੀ ਗੱਲ ਹੋਈ ਸੀਗੀ, ਜਿਹੜੇ ਦੁਸ਼ਮਣਾਂ ਨੂੰ ਵੀ ਦਵਾਈ ਅਤੇ ਦਾਰੂ ਦਿੰਦੇ ਸੀ, ਉਹ ਪੰਜਾਬ ਦੇ ਵਿੱਚ ਇਹ ਪਹਿਲਾਂ ਤੋਂ ਹੀ ਸਾਡਾ ਭਾਈ ਘਨੱਈਆ ਸਕੀਮ ਲਾਗੂ ਹੈਗੀ ਆ, ਠੀਕ ਹੈ, ਜਿਹਦੇ ਵਿੱਚ ਹੁਣ ਇਹ ਗਵਰਨਮੈਂਟ ਆਫ ਇੰਡੀਆ ਵੱਲੋਂ ਗੁੱਡ ਸਮੈਰੀਟਨ ਸਕੀਮ ਅਸੀਂ ਨਾਲ ਐਡ ਕਰਤੀ ਹੈ, ਔਰ ਇਹ ਇਹਨਾਂ ਦਾ ਜਿੰਨੇ ਵੀ ਸਾਡੇ ਜ਼ਿਹਨ 'ਚ ਆਉਂਦੇ ਨੇ, ਜਿੱਥੇ ਵੀ ਐਕਸੀਡੈਂਟ ਹੋਇਆ ਕਿਸੇ ਨੇ ਮਦਦ ਕੀਤੀ, ਉਹਨੂੰ ਇਨਕਰੇਜ ਕਰਨ ਲਈ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਪਿਛਲੇ ਸਾਲ ਤੋਂ, 2022 ਤੋਂ ਵੀ, ਇਹੋ ਜਿਹੇ ਸੱਜਣਾਂ ਨੂੰ ਅੱਗੇ ਲਿਆ ਕੇ ਸਮਾਜ ਦੇ ਵਿੱਚ ਇੱਕ ਰੈਕੋਗਨੀਸ਼ਨ ਦਵਾਈ ਜਾਵੇ। ਸਰ, ਸਮਾਜ ਆਪਣੇ ਕੋਲ ਇੰਨਾ ਹੀ ਸੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਮੈਮ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸੜਕ ਸੁਰੱਖਿਆ ਅਭਿਆਨ 2024 ਸੰਵੇਦਨਾ ਕਾ ਸਫ਼ਰ, ਨੌਲੇਜ ਪਾਰਟਨਰਸ ਸੇਵ ਲਾਈਫ ਫਾਊਂਡੇਸ਼ਨ ਦੇ ਮੰਚ 'ਤੇ ਸੜਕ ਸੁਰੱਖਿਆ ਅਤੇ ਡਰਾਈਵਿੰਗ ਬਿਹੇਵੀਅਰ 'ਚ ਬਦਲਾਵ, ਸੁਰੱਖਿਆ ਅਤੇ ਸਾਵਧਾਨੀਆਂ ਨਾਲ ਜੁੜੇ ਤਮਾਮ ਜ਼ਰੂਰੀ ਪਹਿਲੂਆਂ 'ਤੇ ਅਸੀਂ ਅੱਜ ਗੱਲਬਾਤ ਕੀਤੀ। ਇਹਦੇ ਲਈ ਸਾਡੇ ਸਾਰੇ ਪੈਨਲਿਸਟ ਅਤੇ ਐਕਸਪਰਟਸ ਦਾ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਸਭ ਦੀ ਮੌਜੂਦਗੀ ਨੇ ਸਾਡੇ ਇਸ ਮੁਹਿੰਮ ਨੂੰ ਸਫਲ, ਸ਼ਾਨਦਾਰ ਅਤੇ ਯਾਦਗਾਰ ਬਣਾਇਆ, ਅਤੇ ਸੜਕ ਸੁਰੱਖਿਆ ਅਭਿਆਨ 2024 ਸੰਵੇਦਨਾ ਕਾ ਸਫ਼ਰ ਦੀ ਇਸ ਨੇਸ਼ਨ ਵਾਈਡ ਕੈਂਪੇਨ ਨੂੰ ਮਜ਼ਬੂਤੀ ਦਿੱਤੀ।